ਸਤਿ ਸ਼੍ਰੀ ਅਕਾਲ ਸਭ ਨੂੰ ਜੀ, ਰੂਬੀ ਦੀ ਸਾਈਟ ਫਰੋਮ ਡੈਲਵਿੰਗ ਵੀਜ਼ਾਸ ਐਂਡ ਇਮੀਗ੍ਰੇਸ਼ਨ। ਅੱਜ ਤੁਹਾਡੇ ਸਭ ਦੇ ਸਾਹਮਣੇ ਅਗੇਨ ਰੂਬਰੂ ਹੋ ਰਹੀ ਹੈ ਇੱਕ ਇਨਫੋਰਮੇਸ਼ਨ ਨੂੰ ਲੈ ਕੇ। ਲਾਸਟ ਟਾਈਮ ਮੈਂ ਇੱਕ ਵੀਡੀਓ ਦਿੱਤੀ ਸੀ ਰਿਗਾਰਡਿੰਗ ਕੈਨੇਡਾ ਜੁਲਾਈ ਡੇ, ਕੈਨੇਡੀਅਨ ਜੁਲਾਈ ਡੇ ਜਿਹੜਾ 1 July ਨੂੰ ਸੈਲੀਬ੍ਰੇਟ ਹੋਣ ਜਾ ਰਿਹਾ ਇਨ ਕੈਨੇਡਾ। ਇਹਦੇ ਵਿੱਚ ਕਾਫੀ ਤਰ੍ਹਾਂ ਦੇ ਰੋਡ ਸ਼ੋਅਜ਼ ਹੋਣਗੇ, ਐਗਰੀਕਲਚਰ ਕੰਪੀਟੀਸ਼ਨਸ ਹੋਣਗੇ, ਮਿਊਜ਼ਿਕ ਸ਼ੋਅਜ਼ ਹੋਣਗੇ, ਜਿਹਦੇ ਵਿੱਚ ਕਿ ਕਾਫੀ ਹੱਦ ਤੱਕ ਦੁਨੀਆ ਤੋਂ, ਲਾਈਕ ਇੰਡੀਆ ਤੋਂ ਲਗਾ ਲਓ ਜਾਂ ਕਾਫੀ ਕੰਟਰੀਜ਼ ਦੇ ਵਿੱਚ ਕੈਨੇਡਾ ਵਿੱਚ ਲੋਕ ਵਿਜ਼ਿਟ ਕਰਦੇ ਆ, ਅਤੇ ਕੈਨੇਡੀਅਨ ਗੌਰਮੈਂਟ ਵੱਲੋਂ ਇਹਦੀ ਅਥੋਰਿਟੀ ਦਿੱਤੀ ਜਾਂਦੀ ਹੈ ਕਿ ਕੈਂਡੀਡੇਟ ਸਾਡੀ ਕੰਟਰੀ ਵਿੱਚ ਆਉਣ, ਵਿਜ਼ਿਟ ਕਰਨ ਅਤੇ ਸਾਡੇ ਇਹ ਜਿਹੜਾ ਪਾਰਟੀਸਪੇਟ ਕਰਨ ਸਾਡੇ ਸ਼ੋਅਜ਼ ਦੇ ਵਿੱਚ ਲਗਾ ਲਓ ਜਾਂ ਕੈਨੇਡੀਅਨ ਡੇ ਨੂੰ ਸੈਲੀਬ੍ਰੇਟ ਕਰਨ। ਅੱਜ ਕੱਲ੍ਹ ਆਪਾਂ ਦੇਖਦੇ ਹਾਂ ਕਿ ਮਾਰਕੀਟ ਦੇ ਵਿੱਚ ਹਰ ਕੋਈ ਕੈਨੇਡੀਅਨ ਡੇ ਨੂੰ ਲੈ ਕੇ ਬਹੁਤ ਐਕਸਾਈਟਿਡ ਹੈ, ਵੀਡੀਓਜ਼ ਵੀ ਅਪਡੇਟ ਕਰ ਰਿਹਾ ਕਿ ਆਪਾਂ ਨੂੰ ਇਹ ਚੀਜ਼ ਦੀ ਨੌਲੇਜ ਹੈ। ਇਹਦੇ ਲਈ ਇਸ ਚੀਜ਼ ਨੂੰ ਅਟੈਂਡ ਕਰਨ ਲਈ ਇੱਕ ਪਾਸਿਸ ਵੀ ਹੋਣਾ ਬਹੁਤ ਜ਼ਰੂਰੀ ਹੈ, ਇੱਕ ਇਨਵੀਟੇਸ਼ਨ ਹੋਣਾ ਬਹੁਤ ਜ਼ਰੂਰੀ ਹੈ, ਜਿਹਦੇ ਨਾਲ ਕਿ ਆਪਣੀ ਫਾਈਲ ਕਾਫੀ ਹੱਦ ਤੱਕ ਸਟਰੋਂਗ ਹੋ ਜਾਏਗੀ। ਇਹਦੇ ਵਿੱਚ ਮੈਂ ਇੱਕ ਇਨਫੋਰਮੇਸ਼ਨ ਦੇਣਾ ਚਾਹੂੰਗੀ, ਸਭ ਨੂੰ ਸ਼ੇਅਰ ਕਰਨਾ ਚਾਹੂੰਗੀ ਕਿ ਡੈਲਵਿੰਗ ਓਵਰਸੀਜ਼ ਲੁਧਿਆਣਾ ਹੈੱਡ ਬ੍ਰਾਂਚ ਵਿੱਚ ਜਿਹੜੇ ਵੀ ਪਾਸਿਸ ਵਗੈਰਾ ਅਸੀਂ ਅਵੇਲੇਬਲ ਕਰਾ ਰਹੇ ਹਾਂ, ਜਿਹੜੇ ਕਿ ਫ੍ਰੀ ਆਫ ਕੋਸਟ ਹੋਣਗੇ, ਉਹਦਾ ਕੋਈ ਚਾਰਜਿਸ ਨਹੀਂ ਲਿਆ ਜਾਏਗਾ ਫਰੋਮ ਕੈਂਡੀਡੇਟ ਸਾਈਡ, ਜਿਹਦੇ ਨਾਲ ਕਿ ਇਹਦੇ ਨਾਲ ਲੋ ਬਜਟ, ਲੋ ਤੁਹਾਡਾ ਜਿੰਨਾ ਵੀ ਡਾਕੂਮੈਂਟੇਸ਼ਨ ਨਾਲ ਆਪਣਾ ਅਪਲਾਈ ਹੋ ਜਾਏਗਾ ਕੈਨੇਡਾ ਟੂਰਿਸਟ ਵੀਜ਼ਾ। ਇਹਦੇ ਨਾਲ ਰਾਹਦਾਰੀ ਇੱਕ ਤਾਂ ਆਪਣੀ ਸਟਰੋਂਗ ਹੋ ਜੂਗੀ, ਕੈਨੇਡੀਅਨ ਜੁਲਾਈ ਡੇ ਜਿਹੜਾ ਆ ਰਿਹਾ 1 July, ਜਿਹੜਾ ਕਿ 2 to 3 months ਤੱਕ ਵੀਜ਼ਾ ਸਕਸੈਸਰ ਨੂੰ ਬਹੁਤ ਵਧੀਆ ਲੈ ਕੇ ਜਾਊਗਾ। ਐਂਡ ਦੂਸਰਾ, ਇਹਦੇ 'ਚ ਪਾਸਿਸ ਜਿਹੜੇ ਅਵੇਲੇਬਲ ਹੈ ਸਾਡੇ ਕੋਲ ਅਵੇਲੇਬਲ ਨੇ, ਫ੍ਰੀ ਆਫ ਕੋਸਟ ਐਡ ਹੋ ਜਾਣਗੇ। ਥਰਡ ਚੀਜ਼ ਆ ਗਈ, ਇਹਨਾਂ ਦਾ ਇੱਕ ਸਟੈਂਫਰਡਸ ਫੈਸਟੀਵਲ ਹੋ ਰਿਹਾ, ਜੋ ਕਿ ਉਹ ਵੀ ਉਹਦੇ ਵਿੱਚ ਐਡ ਆਨ ਹੋ ਜਾਏਗਾ। ਫੋਰ ਫਰਦਰ ਇਨਫੋਰਮੇਸ਼ਨ, ਜਿਹੜੀ ਵੀ ਤੁਹਾਨੂੰ ਡੈਲਵਿੰਗ ਦੀ ਬ੍ਰਾਂਚ ਨੀਅਰ ਬਾਏ ਆ, ਤੁਸੀਂ ਉੱਥੇ ਵਿਜ਼ਿਟ ਕਰ ਸਕਦੇ ਹੋ। ਜੇ ਜ਼ਿਆਦਾ ਕੋਈ ਡਿਟੇਲ ਜਾਂ ਡਾਊਟਸ ਨੇ ਤਾਂ ਤੁਸੀਂ ਲੁਧਿਆਣਾ ਦੇ ਵਿੱਚ ਵਿਜ਼ਿਟ ਕਰਕੇ ਅਪੁਆਇੰਟਮੈਂਟ ਲੈ ਕੇ ਮੈਨੂੰ ਵੀ ਮਿਲ ਸਕਦੇ ਹੋ। ਥੈਂਕ ਯੂ ਸੋ ਮੱਚ ਜੀ।